ਨੇੜੇ ਵੱਡਾ ਜਿਹੜਾ ਹਾਦਸਾ ਵਾਪਰਿਆ ਸੀ ਥੋੜੀ ਦੇਰ ਪਹਿਲਾਂ ਹੀ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ ਕਿ ਲੁਧਿਆਣਾ ਰੋਡ ਦੇ ਉੱਤੇ ਜਾਮ ਲੱਗ ਚੁੱਕਿਆ ਹੈ। ਇੱਕ ਟਰੱਕ ਪਲਟਣ ਕਾਰਨ ਜੋ ਹੈ ਗੰਭੀਰ ਡਰਾਈਵਰ ਦੇ ਸੱਟਾਂ ਵੀ ਲੱਗੀਆਂ ਨੇ, ਜ਼ਖਮੀ ਹੋ ਚੁੱਕਿਆ। ਕੰਟੇਨਰ ਟਰੱਕ ਪਲਟਿਆ ਸੀਗਾ ਜੋ ਕਿ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ਦੇ ਉੱਤੇ 2 ਕਿਲੋਮੀਟਰ ਲੰਬਾ ਜਾਮ ਲੱਗ ਚੁੱਕਿਆ ਹੋਇਆ ਸੀ। ਹੋਰ ਤਸਵੀਰਾਂ ਤੁਹਾਡੇ ਨਾਲ ਉਸ ਤੋਂ ਬਾਅਦ ਦੀਆਂ ਸਾਂਝੀਆਂ ਕਰ ਰਹੀਆਂ। ਦੋ ਟਰੱਕਾਂ ਦੀ ਜਿਹੜੀ ਟੱਕਰ ਹੋਈ ਹੈ ਪੂਰੀ ਤਰੀਕੇ ਦੇ ਨਾਲ, ਟਰੱਕ ਦੇ ਪਰ ਖੱਚੇ ਉੱਡ ਚੁੱਕੇ ਨੇ, ਵੱਡਾ ਜਾਮ ਲੱਗ ਚੁੱਕਿਆ ਹੈ। ਵੱਡੀ ਅਪਡੇਟ ਉਸ ਤੋਂ ਬਾਅਦ ਦੀ ਤੁਹਾਡੇ ਨਾਲ ਜੋ ਆਪਾਂ ਸਾਂਝੀ ਕਰ ਰਹੇ ਇਸ ਵੇਲੇ। ਅੱਜ ਸਵੇਰੇ ਦੱਸ ਦਿੰਦੇ ਲਾਡੋਵਾਲ ਦੇ ਚੌਂਕ ਦੇ ਵਿੱਚ ਜੋ ਹੈ ਟਰੱਕ ਪਲਟਿਆ ਸੀ ਜਿਸ ਕਰਕੇ ਟਰੱਕ ਦਾ ਡਰਾਈਵਰ ਗੰਭੀਰ ਜ਼ਖਮੀ ਹੋਇਆ। 2 ਕਿਲੋਮੀਟਰ ਲੰਬਾ ਜਾਮ ਲੱਗਿਆ। ਜੇਕਰ ਘਰੋਂ ਨਿਕਲਣ ਲੱਗੇ ਹੋ ਲੁਧਿਆਣਾ ਤੋਂ ਹੈਗੇ ਹੋ ਜੇਕਰ ਤੁਸੀਂ, ਤਾਂ ਜ਼ਰੂਰ ਇਸ ਖਬਰ ਨੂੰ ਦੇਖ ਕੇ ਜਾਣਾ। ਸੂਚਨਾ ਮਿਲਦੀ ਲਾਡੋਵਾਲ ਪੁਲਿਸ ਮੌਕੇ ਤੇ ਪਹੁੰਚੀ, ਐਂਬੂਲੈਂਸ ਦੀ ਗੱਡੀ ਵੀ ਮੰਗਵਾਈ ਗਈ ਅਤੇ ਕਰੇਨ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਹਾਈਵੇ ਤੋਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਤਾਂ ਤਸਵੀਰਾਂ ਲਾਡੋਵਾਲ ਰੋਡ ਦੀਆਂ ਜਿੱਥੇ ਕਿ ਵੱਡਾ ਜਾਮ ਲੱਗ ਚੁੱਕਿਆ ਹੋਇਆ। ਲਾਡੋਵਾਲ ਟੋਲ ਪਲਾਜ਼ਾ ਨੇੜੇ ਵੱਡਾ ਗੱਡੀ ਆ ਰਹੀ ਸੀ ਅਸੀਂ ਜੀ, ਉੱਧਰੋਂ ਪਰਿਓ ਹੈਬੋਲ ਬੰਨਿਓ, ਅਤੇ ਅਸੀਂ ਇਹ ਵਿਚਾਲਿਆ ਕਿ ਇੱਧਰੋਂ ਇੱਕ ਟ੍ਰੇਨਰ ਤੇਜ਼ ਆ ਰਿਹਾ ਸੀਗਾ। ਅੱਛਾ ਜੀ, ਇਹ ਤੋਂ ਰੁਕਿਆ ਨਹੀਂ ਹੈਗਾ, ਰੋਕਣ ਨਾਲ ਉਹਨੇ ਇੱਧਰੋਂ ਕੱਟਤਾ ਅਤੇ ਉੱਤੇ ਆ ਪਲਟਿਆ ਫਿਰ। ਆਹਮਣੇ ਸਾਹਮਣੇ ਗੱਡੀ ਟਕਰਾ ਹੋਇਆ? ਹਾਂ, ਇਹ ਲੁਧਿਆਣਾ ਸਾਈਡ ਤੋਂ ਆ ਰਿਹਾ ਸੀਗਾ। ਅੱਛਾ ਜੀ, ਅਤੇ ਗੱਡੀ ਆਪਣੀ ਉੱਧਰੋਂ ਸਾਹਿਬਵਾਲ ਤੋਂ ਆ ਰਹੀ ਸੀ। ਅੱਛਾ ਜੀ, ਅਤੇ ਇਹ ਤਾਂ ਚੌਂਕ ਬਣਦਾ ਵਾ, ਵਿੱਚ ਮਤਲਬ ਚੌਂਕ ਪਾਰ ਕਰਨ ਲੱਗੇ ਸੀ ਜਾਂ ਕਿੱਦਾਂ? ਚੌਂਕ ਲੁਧਿਆਣੇ ਨੂੰ ਜਾਣਾ ਸੀ ਗੱਡੀ ਸਾਹਮਣੇ ਵੱਲ। ਅੱਛਾ ਜੀ, ਹਾਂ ਜੀ, ਅਤੇ ਤੁਸੀਂ ਚੌਂਕ ਪਾਰ ਕਰ ਰਹੇ ਸੀਗੇ? ਹਾਂ, ਚੌਂਕ ਪਾਰ ਕਰ ਰਹੇ। ਅੱਛਾ ਜੀ, ਮਤਲਬ ਚੌਂਕ ਪਾਰ ਕੀਤਾ ਅਤੇ ਕੰਟੇਨਰ ਵੱਲੋਂ ਬ੍ਰੇਕ ਨਹੀਂ ਲੱਗੀ? ਬ੍ਰੇਕ ਨਹੀਂ। ਅੱਛਾ ਜੀ, ਅਤੇ ਕੀ ਨੁਕਸਾਨ ਕੀ ਹੋਇਆ ਹੁਣ ਤੁਹਾਡਾ? ਨੁਕਸਾਨ ਤਾਂ ਦੇਖ ਲਓ, ਸਾਰਾ ਕੈਬਨ ਕੂਬਨ ਖਤਮ ਆ ਜੀ। ਅੱਛਾ ਜੀ, ਸੱਟਾਂ ਤੋਂ ਬਚਾਅ ਹੋ ਗਿਆ ਬਸ। ਕਿੰਨੇ ਵਜੇ ਦਾ ਹਾਦਸਾ ਇਹ? ਇਹ 6:30 ਵਜੇ ਦਾ। ਅੱਛਾ ਜੀ, ਕੀ ਗੱਡੀ ਦੇ ਵਿੱਚ ਕੀ ਲੈ ਕੇ ਜਾ ਰਹੇ ਸੀ ਤੁਸੀਂ? ਇਹ 'ਚ ਹੈਗਾ ਜੀ ਪਲਾਈ ਆ ਜੀ। ਪਲਾਈ ਕਿੱਦਾਂ? ਪਲਾਈ ਬੋਰਡ। ਅੱਛਾ, ਪਲਾਈ ਬੋਰਡ। ਹਾਂ ਜੀ, ਠੀਕ ਹੈ ਜੀ, ਠੀਕ ਹੈ ਜੀ, ਓਕੇ।